ਹਿਮਾਚਲ ਦੇ ਲਾਹੌਲ ਸਪੀਤੀ ਦੇ ਵਿੱਚ ਕੰਗਰਾ ਨੌਤ ਦਾ ਜ਼ਬਰਦਸਤ ਵਿਰੋਧ। ਪ੍ਰਦਰਸ਼ਨਕਾਰੀਆਂ ਨੇ ਕਾਲੇ ਝੰਡੇ ਦਿਖਾ ਕੇ ਗੋ ਬੈਕ ਦੇ ਲਗਾਏ ਨਾਅਰੇ। ਚੋਣ ਪ੍ਰਚਾਰ ਕਰਨ ਦੇ ਲਈ ਆਏ ਸਨ ਕੰਗਰਾ ਨੌਤ। ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਵੀਰ ਜ਼ੀਰਾ ਦਾ ਵੱਡਾ ਇਲਜ਼ਾਮ, ਬੋਲੇ ਪਾਕਿਸਤਾਨ ਤੋਂ ਆਉਂਦਾ ਨਾਜਾਇਜ਼ ਅਸਲਾ, BSF ਦੀ ਮਿਲੀ ਭੁਗਤ ਕਰਕੇ ਆਉਂਦੇ ਨੇ ਹਥਿਆਰ, ਜਾਂ ਖੰਡ ਵਾਂਗੂ ਹੱਟੀਆਂ ਤੇ ਵਿਕਰਿਆ ਨਸ਼ਾ। ਲੁਧਿਆਣਾ ਦੇ ਕੈਨਲ ਵਿਊ ਪਾਰਕ ਦੇ ਵਿੱਚ ਪਹੁੰਚੇ ਰਾਜਾ ਵੜਿੰਗ, ਸਵੇਰੇ ਸਵੇਰੇ ਲੋਕਾਂ ਦੇ ਨਾਲ ਵਾਲੀਬਾਲ ਖੇਡਦੇ ਆਏ ਨਜ਼ਰ, ਲੋਕ ਮੁੱਦਿਆਂ ਤੇ ਵੀ ਕੀਤੀ ਚਰਚਾ। ਪਟਿਆਲਾ ਤੋਂ BJP ਉਮੀਦਵਾਰ ਪ੍ਰਨੀਤ ਕੌਰ ਨੇ ਰਾਜਪੁਰਾ ਦੇ ਵਿੱਚ ਕੀਤੀ ਜਨ ਸਭਾ, ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਕਰਾਇਆ ਜਾਣੂ, ਸਮਰਥਕਾਂ ਨੇ ਪ੍ਰਨੀਤ ਕੌਰ ਦੀ ਜਿੱਤ ਪੱਕੀ ਹੋਣ ਦਾ ਕੀਤਾ ਦਾਅਵਾ। ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਵਿਜੇ ਨਗਰ ਦੇ ਵਿੱਚ ਕੀਤਾ ਪ੍ਰਚਾਰ, ਬੋਲੀ ਲੋਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ, ਲੋਕ ਸਭਾ ਦੇ ਵਿੱਚ ਚੁੱਕਾਂਗਾ ਤੁਹਾਡੀ ਆਵਾਜ਼। ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਰਾਣਾ ਗੁਰਮੀਤ ਸੋਢੀ ਨੇ ਕੀਤਾ ਪ੍ਰਚਾਰ, ਕਿਹਾ ਪੰਜਾਬ ਦੇ ਵਿੱਚ ਵਿਕਾਸ ਦੀ ਲਹਿਰ ਦੇ ਲਈ ਭਾਜਪਾ ਨੂੰ ਪਾਓ ਵੋਟ, ਵਿਰੋਧੀ ਪਾਰਟੀਆਂ ਤੇ BJP ਖਿਲਾਫ਼ ਪ੍ਰੋਪੇਗੰਡਾ ਚਲਾਉਣ ਦੇ ਲਗਾਏ ਇਲਜ਼ਾਮ। ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ BJP ਨੂੰ ਮਿਲਿਆ ਬਲ, ਦਰਜਨਾ ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਹੋਏ ਸ਼ਾਮਲ, ਸਾਬਕਾ ਵਿਧਾਇਕ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਰਵਾਈ ਜੁਆਇਨਿੰਗ। ਸੁਖਪਾਲ ਖਹਿਰਾ ਦੇ ਪ੍ਰਵਾਸੀ ਭਾਈਚਾਰੇ ਬਾਰੇ ਦਿੱਤੇ ਬਿਆਨ ਦਾ ਹੋ ਰਿਹਾ ਜ਼ੋਰਦਾਰ ਵਿਰੋਧ, ਲੁਧਿਆਣਾ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੀ ਚੇਤਾਵਨੀ, ਕਾਂਗਰਸ ਦੇ ਲੀਡਰਾਂ ਦਾ ਕਰਾਂਗੇ ਹਰ ਥਾਂ ਵਿਰੋਧ। ਅੱਤ ਦੀ ਗਰਮੀ ਦੇ ਵਿਚਾਲੇ ਚੋਣ ਪ੍ਰਚਾਰ ਜਾਰੀ, ਨਾਭਾ ਦੇ ਵਿੱਚ ਵਿਧਾਇਕ ਦੇ ਮਾਨ ਦੀ ਅਗਵਾਈ ਦੇ ਵਿੱਚ ਮੋਟਰਸਾਈਕਲ ਰੈਲੀ ਦਾ ਆਯੋਜਨ, ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਕੱਢੀ ਰੈਲੀ। ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ, ਟਰੱਕ ਨੇ ਇਨੋਵਾ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ, ਕਾਰ ਸਵਾਰ ਮਹਿਲਾ ਦੀ ਮੌਕੇ ਤੇ ਹੋਈ ਮੌਤ, ਦੋ ਲੋਕ ਗੰਭੀਰ ਜ਼ਖਮੀ। ਜਲੰਧਰ ਦੇ ਕਾਲਾ ਸਿੰਘਾ ਰੋਡ ਤੇ ਐਕਟਿਵਾ ਸਵਾਰ ਨੂੰ ਟਰੱਕ ਨੇ ਦਰੜਿਆ, ਮੌਕੇ ਤੇ ਨੌਜਵਾਨ ਦੀ ਹੋਈ ਮੌਤ, ਮ੍ਰਿਤਕ ਦੀ ਪਹਿਚਾਣ 15 ਸਾਲਾ ਅਰੋਨਿਤ ਵਜੋਂ ਹੋਈ। ਜਲੰਧਰ ਦੇ ਵਿੱਚ ਟਰੱਕ ਦੇ ਨਾਲ ਟਕਰਾਈ ਕਾਰ ਹਾਦਸੇ ਦੇ ਵਿੱਚ ਮਹਿੰਦਰਜੀਤ ਸਿੰਘ ਨਾਂ ਦੇ ਵਿਅਕਤੀ ਦੀ ਮੌਤ, ਆਮ ਆਦਮੀ ਪਾਰਟੀ ਦਾ ਦੱਸਿਆ ਜਾ ਰਿਹਾ ਆਗੂ। ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਦੇ ਨੇੜੇ ਸਕੂਲੀ ਬੱਸ ਦੇ ਨਾਲ ਟਕਰਾਈ ਕਾਰ ਹਾਦਸੇ ਦੇ ਵਿੱਚ ਕਾਰ ਚਾਲਕ ਹੋਇਆ ਜ਼ਖਮੀ, ਬੱਚਿਆਂ ਨੂੰ ਦੂਜੀ ਬੱਸ ਦੇ ਰਾਹੀਂ ਭੇਜਿਆ ਘਰ। ਚੰਡੀਗੜ੍ਹ ਦੇ ਸੈਕਟਰ 46 ਲਾਈਟ ਪੁਆਇੰਟ ਦੇ ਨੇੜੇ ਪੁਲਿਸ ਤੇ ਰੋਹ ਪਾਉਣ ਵਾਲਾ ਸ਼ਖਸ ਗ੍ਰਿਫ਼ਤਾਰ, ਗੱਡੀ ਦੀ ਨੰਬਰ ਪਲੇਟ ਲੁਕੀ ਹੋਣ ਦੇ ਕਾਰਨ ਪੁਲਿਸ ਨੇ ਰੋਕਿਆ ਸੀ ਮੁਲਜ਼ਮ, ਖੁਦ ਨੂੰ ਜੱਜ ਦੱਸ ਕੇ ਪਾਇਆ ਸੀ ਰੋਬ। ਲੁਧਿਆਣਾ ਦੇ ਵਿੱਚ ਕੁੱਤਿਆਂ ਨੂੰ ਖਾਣਾ ਖਵਾਉਣ ਤੇ ਗੁਆਂਢੀਆਂ ਨੇ ਮਹਿਲਾ ਦੇ ਨਾਲ ਕੀਤੀ ਕੁੱਟਮਾਰ, NGO ਫੋਰ ਐਨੀਮਲ ਸੰਸਥਾ ਦੇ ਨਾਲ ਜੁੜੀ ਹੋਈ ਹੈ ਪੀੜਤਾ, ਲੋਕਾਂ ਦਾ ਇਲਜ਼ਾਮ, ਇਲਾਕੇ ਦੇ ਵਿੱਚ ਵਧੀ ਅਵਾਰਾ ਕੁੱਤਿਆਂ ਦੀ ਗਿਣਤੀ। ਕੁੱਤਿਆਂ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਅੰਮ੍ਰਿਤਸਰ ਦੇ ਨੂੰ ਅਸ਼ੋਕ ਵਿਹਾਰ ਦੇ ਵਿੱਚ ਕੁੱਤੇ ਨੂੰ ਰੋਟੀ ਪਾਉਣ ਤੇ ਹੋਇਆ ਵਿਵਾਦ, ਚੱਪਲ ਮਾਰ ਕੇ ਗਾਲੀ ਗਲੋਚ ਕਰਨ ਦੇ ਇਲਜ਼ਾਮ। ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ ਪਿਸਟਲ ਦੇ ਨਾਲ ਇੱਕ ਨੌਜਵਾਨ ਨੂੰ ਕੀਤਾ ਕਾਬੂ, ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ ਮੁਲਜ਼ਮ, ਪਹਿਲਾਂ ਵੀ ਦਰਜ ਨੇ ਕਈ ਅਪਰਾਧਿਕ ਕੇਸ। ਨਵਾਂਸ਼ਹਿਰ ਪੁਲਿਸ ਨੇ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਕੀਤਾ ਕਾਬੂ, ਸ਼ਰਾਬ ਦੀਆਂ 10 ਪੀਟੀਆਂ ਹੋਈਆਂ ਬਰਾਮਦ, ਘਰਾਂ ਤੋਂ ਹੀ ਸ਼ਰਾਬ ਵੇਚਣ ਤੇ ਲੱਗੇ ਇਲਜ਼ਾਮ। ਪਟਿਆਲਾ ਦੀ ਤੇਜ਼ ਬਾਗ ਕਲੋਨੀ ਦੇ ਦੋ ਬੱਚੇ ਲਾਪਤਾ, ਅਯੋਧਿਆ ਜਾਣ ਵਾਲੀ ਬੱਸ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਗਏ ਸਨ ਬੱਚੇ, ਪਰਿਵਾਰ ਨੇ ਬੱਚਿਆਂ ਨੂੰ ਲੱਭਣ ਦੀ ਲਗਾਈ ਗੁਹਾਰ। ਸਮਰਾਲਾ ਦੇ ਵਿੱਚ ਲਾਵਾਰਿਸ ਹਾਲਤ ਵਿੱਚ ਮਿਲੀ ਨਵਜੰਮੀ ਬੱਚੀ, ਹਸਪਤਾਲ ਦੀ ਸਟਾਫ ਨਰਸ ਨੇ ਬੱਚੀ ਨੂੰ ਗੋਦ ਲੈਣ ਦਾ ਲਿਆ ਫੈਸਲਾ, ਨਰਸ ਦੇ ਨਹੀਂ ਹੈ ਕੋਈ ਬੱਚਾ। ਮੋਗਾ ਦੇ ਪਿੱਪਲਵਾਲਾ ਚੌਂਕ ਦੇ ਨੇੜੇ ਬਣੇ ਇੱਕ ਮੰਦਰ ਦੇ ਵਿੱਚ ਚੋਰੀ, ਗੋਲਕ ਦੇ ਵਿੱਚ ਪਏ 15,000 ਰੁਪਏ ਲੈ ਗਿਆ ਚੋਰ, CCTV ਫੁਟੇਜ ਦੇ ਆਧਾਰ ਤੇ ਚੋਰ ਨੂੰ ਭਾਲ ਰਹੀ ਹੈ ਪੁਲਿਸ। ਅਬੋਹਰ ਦੇ ਵਿੱਚ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ, 1,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਹੋਏ ਫਰਾਰ, ਘਟਨਾ ਸਮੇਂ ਘਰ ਦੀ ਛੱਤ ਤੇ ਸੁੱਤਾ ਹੋਇਆ ਸੀ ਪਰਿਵਾਰ। ਜਲੰਧਰ ਦੇ ਸਾਈਕਲ ਗੋਦਾਮ ਦੇ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ, 2 ਘੰਟੇ ਦੀ ਮੁਸ਼ਕਤ ਤੋਂ ਬਾਅਦ ਅੱਗ ਤੇ ਪਾਇਆ ਕਾਬੂ। ਪਾਣੀਪਤ ਦੇ ਵਾਰਡ ਨੰਬਰ 16 ਦੇ ਵਿੱਚ ਇੱਕ ਘਰ ਦੇ ਵਿੱਚ ਲੱਗੀ ਅੱਗ, ਗੁਆਂਢੀਆਂ ਨੇ ਮੁਸ਼ਕਤ ਦੇ ਨਾਲ ਪਾਇਆ ਕਾਬੂ, 3 ਸਾਲ ਤੋਂ ਆਪਣੇ ਬੇਟੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੀ ਹੈ ਵਿਧਵਾ ਮਹਿਲਾ।
ਗਰਮੀ ਦੇ ਵਿਚਾਲੇ ਪਾਣੀ ਨੂੰ ਤਰਸ ਰਹੇ ਜਲੰਧਰ ਦੇ ਵਿੱਚ ਵਿਕਾਸਪੁਰੀ ਦੇ ਲੋਕ। ਕਿਹਾ ਟਿਊਬਵੈੱਲ ਖਰਾਬ ਹੋਣ ਦੇ ਕਾਰਨ 6 ਮਹੀਨੇ ਤੋਂ ਨਹੀਂ ਆ ਰਿਹਾ ਪਾਣੀ। ਪ੍ਰਸ਼ਾਸਨ ਤੇ ਸੁਣਵਾਈ ਨਾ ਕਰਨ ਦੇ ਲਗਾਏ ਇਲਜ਼ਾਮ। ਲੁਧਿਆਣਾ ਦੇ ਵਿੱਚ ਹੋਈ ਸੁਰਜੀਤ ਪਾਤਰ ਜੀ ਦੀ ਨਵੇਂ ਅੰਤਿਮ ਅਰਦਾਸ। ਭੋਗ ਦੇ ਵਿੱਚ ਪਹੁੰਚੀਆਂ ਨਾਮਵਰ ਸ਼ਖਸੀਅਤਾਂ। ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੀ ਰਹੇ ਮੌਜੂਦ। ਗ੍ਰੈਜੂਏਟ ਰੂਟ ਵੀਜ਼ਾ ਖਤਮ ਕਰਨ ਦੀ ਤਿਆਰੀ ਦੇ ਵਿੱਚ ਹੈ ਯੂਕੇ ਸਰਕਾਰ। ਸਕੀਮ ਖਤਮ ਕਰਨ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ। ਵੀਜ਼ਾ ਯੋਜਨਾ ਤਹਿਤ ਸਭ ਤੋਂ ਜ਼ਿਆਦਾ ਭਾਰਤੀ ਸਟੂਡੈਂਟ ਕਰਦੇ ਨੇ ਅਪਲਾਈ।